मेरा नाम सादिर खान है जी। की मामला हुआ जड़ा यार? ਇਹ ਵੀ ਰਾਤ ਨੂੰ ਜੀ ਨਸ਼ੇ ਜੇ ਤੋਤੇ ਇੱਕ ਮੁੰਡਾ ਆ ਕੇ ਸਾਡੇ ਦੁਕਾਨ ਤੇ ਬੈਠ ਗਿਆ ਜੀ। ਜਦੋਂ ਨੂੰ ਘਰ ਜਾਣ ਨੂੰ ਕਿਹਾ ਵੀ ਰਾਤ ਹੋ ਗਿਆ, ਇੰਨੀ ਰਾਤ ਸਾਡੀ ਦੁਕਾਨ ਤੇ ਕੀ ਕਰਦਾ, ਚੋਰੀਆਂ ਚੋਰੀਆਂ ਹੋ ਸਕਦਾ, ਤੁਸੀਂ ਘਰ ਜਾਓ ਜੀ। ਇੰਨੀ ਜੀ ਗੱਲ ਸੀ ਜੀ। ਗੱਲ ਪਿੱਛੇ ਉਹਨਾਂ ਨੇ ਆ ਕੇ ਕਹਿਣ ਲੱਗਿਆ ਵੀ ਇਹ ਥਾਂ ਸਰਕਾਰੀ ਹੈ, ਉਹ ਅਸੀਂ ਨਹੀਂ ਜਾਂਦੇ ਐਂ ਕਰਕੇ, ਪਰ ਇੰਨੀ ਗੱਲ ਕਰਕੇ ਚਲੇ ਗਏ। ਮੁੜ ਕੇ ਉਹ ਅੱਧੇ 15-20 ਮਿੰਟ ਬਾਅਦ ਘਰੋਂ ਵਾਪਸ ਆ ਕੇ ਉਹ ਅੱਗ ਲਾ ਰਾਤ ਨੂੰ ਅੱਗ ਲਾ ਗਏ ਜੀ। ਇੱਧਰ ਕੱਲਾ ਹੀ ਸੀਗਾ ਜੀ, ਨਾਲ ਕੋਈ ਨੀ। ਕਾਹਦੇ ਨਾਲ ਲਾਈ ਅੱਗ? ਅੱਗ ਜੀ ਸਿਗਰਟਾਂ ਪੀ ਕੇ, ਪਹਿਲਾਂ ਸਿਗਰਟਾਂ ਲਾਇਆ ਫਿਰ ਅੱਗ ਲਾ ਕੇ ਫੇਰ ਗਏ। ਗੱਲ ਕੋਈ ਨੀ ਸੀ, ਸਾਡਾ ਲੱਖਾਂ ਦਾ ਨੁਕਸਾਨ ਹੋ ਗਿਆ ਜੀ। ਕਿੰਨੇ ਵਜੇ ਘਟਨਾ? ਇਹ ਰਾਤ 11:15 ਵਜੇ, 11:30-12 ਵਜੇ ਦੀ ਘਟਨਾ ਜੀ। ਰਾਤ ਪੁਲਿਸ ਆਈ? ਹਾਂਜੀ, ਪੁਲਿਸ ਆਈ ਸੀ ਜੀ, ਮੁੰਡੇ ਨੂੰ ਲੈ ਗਏ ਜੀ ਨਾਲ। ਕਿੰਨੇ ਚਿਰ ਤੋਂ ਤੁਸੀਂ ਇੱਥੇ ਰਹਿ ਰਹੇ ਹੋ? ਅਸੀਂ ਜੀ 20-22 ਸਾਲਾਂ ਤੋਂ ਇੱਥੇ ਕੰਮ ਕਰਦੇ ਜੀ। ਕਾਹਦਾ ਕੰਮ ਹੈ? ਸਾਡਾ ਰਜਾਈਆਂ ਦਾ ਕੰਮ ਹੈ ਜੀ। ਆ ਗਰਮੀਆਂ 'ਚ ਰਜਾਈਆਂ ਦਾ ਕੰਮ ਘੱਟ ਹੋਣ ਕਰਕੇ ਕੂਲਰ ਸੇਲ ਕਰਦੇ ਜੀ, ਲਿਆ ਕੇ ਤੇ ਫੈਕਟਰੀ ਵਾਲੇ ਤੋਂ ਕਮਿਸ਼ਨ ਤੇ ਸੇਲ ਕਰਦੇ, 100-200 ਸਾਨੂੰ ਬਚਦਾ। ਤੇ ਕਿੰਨੇ ਕੂਲਰ ਮੱਚ ਗਏ? 8.5 ਕੂਲਰ ਮੱਚ ਗਏ ਜੀ, ਘੱਟੋ ਘੱਟ 50-60 ਹਜ਼ਾਰ ਦਾ ਕੂਲਰ ਜੀ। ਬਾਕੀ 50-40 ਹਜ਼ਾਰ ਦਾ, 40-50 ਹਜ਼ਾਰ ਦਾ ਗੱਦੇ ਸਿਰਾਣੇ ਵਗੈਰਾ ਜੀ। ਜਿਹੜੇ ਜਿਵੇਂ ਗੱਲ ਕਰੀਏ ਨਸ਼ੇੜੀ ਕਿਸਮ ਦੇ ਅਕਸਰ ਹੀ ਇੱਧਰ ਘੁੰਮਦੇ ਰਹਿੰਦੇ ਨੇ? ਅਕਸਰ ਉਹ ਇਹਨਾਂ ਦਾ ਜਿਹਨਾਂ ਨੇ ਅੱਗ ਲਾਇਆ, ਇਹਨਾਂ ਦਾ ਡੇਲੀ ਦਾ ਕੰਮ ਹੀ ਹੈ ਜੀ, ਡੇਲੀ ਦਾਰੂ ਪੀ ਕੇ ਆਪਦੇ ਘਰੇ ਵੀ ਕਲੇਸ਼ ਕਰਨਾ, ਗਲੀ 'ਚ ਵੀ ਲੋਕਾਂ ਨੂੰ ਪਰੇਸ਼ਾਨ ਕਰਨਾ, ਆਹੀ ਕੰਮ ਹੈ। ਗਲੀ ਵਾਲੇ ਤੋਂ ਪੁੱਛਣੇ ਤੁਸੀਂ 2-4 ਤੋਂ, ਉਹ ਵੀ ਐਂ ਦੱਸਣੇ। ਤੇ ਬੰਦਾ ਇੱਥੋਂ ਦਾ ਹੀ ਸੀਗਾ, ਲੋਕਲ ਹੀ ਸੀ? ਲੋਕਲ ਹੀ ਹੈ ਜੀ, ਇੱਥੋਂ ਦੇ ਸਾਡੇ ਗਲੀ 'ਚ। ਤੁਹਾਨੂੰ ਕਿਹਨੇ ਇਤਲਾਹ ਦਿੱਤੀ ਜੀ ਅੱਗ ਲੱਗੀ ਵੀ? ਸਾਡਾ ਘਰ ਦੇ ਉੱਤੇ, ਦੁਕਾਨ ਦੇ ਉੱਤੇ ਕਮਰਾ ਬਣਿਆ ਹੋਇਆ, ਉੱਥੇ ਮੰਮੀ ਡੈਡੀ ਰਹਿੰਦੇ। ਉਹਨਾਂ ਨੇ ਦੇਖਿਆ ਜਦੋਂ ਅੱਗ ਦੀ ਲਪੇਟ ਦੇਖਿਆ ਜੀ, ਉਦੋਂ ਉੱਤੇ ਜੋ ਉੱਠਦੇ ਉਦੋਂ ਆਏ ਥੱਲੇ ਭੱਜ ਕੇ, ਫਿਰ ਰੌਲਾ ਪਾਇਆ, ਫਿਰ ਨਾਲ ਦੇ ਆਸ ਪਾਸ ਦੇ ਲੋਕ ਆ ਕੇ ਇਕੱਠੇ ਹੋ ਕੇ ਫਿਰ ਅੱਗ ਬੁਝਾਈ। सब्सक्राइब कीजिए हमारे चैनल को और बेल आइकॉन को दबाइए हमारी लेटेस्ट वीडियो सबसे पहले देखने के लिए।